ਰਾਤ ਨੂੰ ਦੁਕਾਨ ਤੋਂ ਘਰ ਜਾ ਰਹੇ ਸੁਖਵਿੰਦਰ ਸਿੰਘ ਤੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਖਾਲਿਸਤਾਨੀ ਕਹਿ ਕੇ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਕਹਿ ਲੋ ਕਿ ਕਾਫੀ ਗਹਿਰੀਆਂ ਸੱਟਾਂ ਵੀ ਲੱਗੀਆਂ ਨੇ ਤੇ ਇਹ ਕੈਥਲ ਸਾਰਾ ਮਾਮਲਾ ਹੈ ਤੇ ਇਸ ਸਾਰੇ ਮਾਮਲੇ ਤੇ ਗੱਲਬਾਤ ਕਰਨ ਲਈ ਫੋਨ ਕਾਲ ਤੇ ਮੇਰੇ ਜੁੜੇ ਨੇ ਹਰਜੀਤ ਸਿੰਘ ਵਿਰਕ ਜੀ। ਸਵਾਗਤ ਕਰਦੇ ਹਰਜੀਤ ਸਿੰਘ ਵਿਰਕ ਜੀ ਸਾਨੂੰ ਜੁੜਨ ਦੇ ਲਈ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਰਜੀਤ ਸਿੰਘ ਵਿਰਕ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਹਿ ਲੋ ਕਿ ਉੱਥੋਂ ਸੀ ਮੈਂਬਰ ਹੋ ਤੇ ਕੀ ਜਾਣਕਾਰੀ ਦਿਓਗੇ ਕਿਉਂ ਇਹ ਹਮਲਾ ਹੋਇਆ, ਕੀ ਇਸ ਦੇ ਪਿੱਛੇ ਦੇ ਕਾਰਨ ਨੇ ਜੋ ਇੰਨਾ ਵੱਡਾ ਹਮਲਾ ਕੀਤਾ ਗਿਆ? ਇਹ ਜੋ ਘਟਨਾ ਵਾਪਰੀ ਹੈ ਜੀ, ਹਰਿਆਣੇ ਦੇ ਡਿਸਟ੍ਰਿਕਟ ਕੈਥਲ ਸ਼ਹਿਰ ਦੇ ਵਿੱਚ ਵਾਪਰੀ ਹੈ। ਭਾਈ ਸੁਖਵਿੰਦਰ ਸਿੰਘ ਜੀ ਜੋ ਆਪਣੇ ਕੈਥਲ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਜੀ, ਤੇ ਉਹ ਲੰਮੇ 10 ਸਾਲ ਤੋਂ ਇਸ ਪਿੰਡ ਰਹਿ ਰਹੇ, ਆਪਣਾ ਸ਼ਹਿਰ ਦੇ ਵਿੱਚ ਰਹਿ ਰਹੇ ਨੇ, ਪਹਿਲੂ ਪਿੰਡ ਤੋਂ ਕਿਸੇ ਬਿਲੋਂਗ ਕਰਦੇ ਨੇ, ਬਾਤਾ ਪਿੰਡ ਨਾਲ ਹੈ ਜੀ। ਉਹ ਆਪਣੇ ਸ਼ੋਰੂਮ ਦੇ ਵਿੱਚ ਕੰਮ ਕਰਕੇ 9:30 ਵਜੇ ਉੱਥੋਂ ਚਲੇ ਜਾ ਰਹੇ ਘਰ ਨੂੰ, ਕੈਥਲ ਸ਼ਹਿਰ ਦੇ ਵਿੱਚ ਹੀ ਉਹਨਾਂ ਦਾ ਸ਼ੋਰੂਮ ਹੈ। ਜਿਵੇਂ 9:30 ਵਜੇ ਤੋਂ ਆਪਣੇ ਘਰ ਨੂੰ ਜਾਂਦੇ ਨੇ ਤੇ ਰਸਤੇ ਦੇ ਵਿੱਚ ਫਾਟਕ ਆਉਂਦਾ, ਫਾਟਕ ਤੇ ਰੁਕਦੇ ਆ ਜਿਵੇਂ ਗੱਡੀ ਦੀ ਟ੍ਰੇਨ ਜਾ ਰਹੀ, ਉਸ ਤੋਂ ਬਾਅਦ ਫਾਟਕ ਖੁੱਲ੍ਹਣ ਲੱਗਾ ਹੁੰਦਾ ਤੇ ਪਿੱਛੋਂ ਦੋ ਮੁੰਡੇ ਸ਼ਰਾਰਤੀ ਅੰਸਰ ਜਿਹੜੇ ਆ ਉਹਨਾਂ ਨੇ ਖਾਲਿਸਤਾਨੀ ਕਹਿ ਕੇ ਪਿੱਛੋਂ ਆਵਾਜ਼ ਮਾਰੀ ਉਹਨਾਂ ਨੂੰ ਕਹਿ ਕੇ ਨਾਲ ਪਿੱਛੇ ਜਿਹੜੇ ਮੋਟਰਸਾਈਕਲ ਦੇ, ਤੇ ਫਿਰ ਉਹਨਾਂ ਮੁੜ ਕੇ ਦੇਖਿਆ ਫਿਰ ਗਲਤ ਪਲਤ ਬੋਲਣ ਲੱਗ ਪਿਆ, ਪਿੱਛੋਂ ਫਾਟਕ ਚੱਕੇ ਗਿਆ ਚਲੇ ਜਾਂਦੇ ਆ। ਉੱਥੋਂ ਸੁਖਵਿੰਦਰ ਸਿੰਘ ਨੂੰ ਅੱਗੋਂ ਰੋਕ ਕੇ ਫਿਰ ਤੇ ਉਹ ਖਾਲਿਸਤਾਨੀ ਉਹਦੇ ਕਰਕੇ ਰੋਕ ਕੇ ਉਹਨਾਂ ਨੂੰ ਫਿਰ ਉੱਤੇ ਉਹਨਾਂ ਨੂੰ ਹਮਲਾ ਕਰਤਾ, ਹੱਥੀ ਪੈ ਗਏ ਉਹਦੇ ਵੀ ਇਹ ਤੁਹਾਨੂੰ 84 ਦਿਖਾਉਣੀ ਹੈ। ਦੂਜੀ ਨਾਲ ਉਹਨਾਂ ਨੇ ਪਿੱਛੋਂ ਇੱਕ ਇੱਟਾਂ ਦੇ ਨਾਲ ਇੱਟਾਂ ਰੋੜੇ ਤੇ ਪਏ ਸੀ ਵੱਡੇ ਵੱਡੇ, ਉਹਦੇ ਨਾਲ ਸਿਰੇ ਚ ਮਾਰੀਆਂ ਨਾ ਵੀ ਜਿਹਨੂੰ ਮਾਰ ਦੇਣਾ ਤੁਸੀਂ ਖਾਲਿਸਤਾਨੀ ਹੋ, ਤੁਹਾਨੂੰ 84 ਦਿਖਾਉਣੀ ਆ। ਤੇ ਕਾਫੀ ਜ਼ਿਆਦਾ ਬੁਰਾ ਹਾਲ ਕੀਤਾ ਤੇ ਇੱਕ ਜਾਟ ਭਾਈਚਾਰੇ ਤੋਂ ਜਾ ਰਿਹਾ ਸੀ ਰਾਜੂ ਭਾਈ ਵਾਲਾ, ਉਸ ਭਾਈ ਤੋਂ ਉਹਨੇ ਬਚਾਇਆ ਉਸਨੂੰ ਮੌਕੇ ਤੇ, ਤੇ ਜੇ ਸ਼ਾਇਦ ਉਹ ਨਾ ਹੁੰਦਾ ਤਾਂ ਮੈਂ ਜਿੱਥੇ ਤੁਸੀਂ ਉਹਨੂੰ ਮਾਰ ਦੇਣਾ ਸੀ ਉਹਨਾਂ ਨੇ। ਤੇ ਉਸ ਤੋਂ ਬਾਅਦ ਹੁਣ ਅੱਜ ਤਰੀਕ ਹੋ ਗਈ ਜੀ 12 ਜੀ, ਸਾਨੂੰ ਜਿਵੇਂ ਰਾਤ ਨੂੰ 10:30 ਨੂੰ ਘਟਨਾ ਵਾਪਰਦੀ ਹੈ, 11 ਨੂੰ ਸਵੇਰੇ ਪਤਾ ਲੱਗਦਾ ਕਿਉਂਕਿ ਰਾਤ ਸਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ, ਸਵੇਰੇ ਅਸੀਂ ਅੱਪੜ ਜਾਂਦੇ ਹਾਂ ਫਿਰ ਵਜ਼ੀਰ ਕੋਲ ਭਾਈ ਸੁਖਵਿੰਦਰ ਸਿੰਘ ਕੋਲ, ਫਿਰ ਉਹਨੂੰ ਜੋ ਵੀ ਸਾਡੇ ਤੋਂ ਮਦਦ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਮੈਂ ਹਰਿਆਣਾ ਸਟੇਟ ਦੇ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਹਰਜੀਤ ਸਿੰਘ, ਤੇ ਅਸੀਂ ਉਹਨਾਂ ਨੂੰ ਵਕੀਲ ਵੀ ਕਰਕੇ ਦਿੰਦੇ ਹਾਂ ਤੇ ਬਾਕੀ ਜੋ ਬਿਆਨ ਹੁੰਦੇ ਆ ਤੇ 11 ਤਰੀਕ ਨੂੰ ਹੁੰਦੇ ਆ, ਬਿਆਨਾਂ ਤੋਂ ਬਾਅਦ ਲੈਣ ਤੋਂ ਬਾਅਦ ਪੁਲਿਸ ਜਿਹੜੀ ਪ੍ਰਸ਼ਾਸਨ ਹੈ ਉਹ ਧਾਰਾਵਾਂ ਜਿਹੜੀ ਬਣਦੀਆਂ ਲਾਉਂਦੇ ਨੀ, ਕਿਉਂਕਿ ਇੱਕ ਮਾਰਨ ਦੇ ਇਰਾਦੇ ਨਾਲ ਦੁਬਾਰਾ ਉਹਨਾਂ ਘੇਰਿਆ ਜਾ ਕੇ, ਇੱਕ ਵੀ ਉਹਨਾਂ ਨੇ ਜੋ ਟਿੱਪਣੀ ਕੀਤੀ ਖਾਲਿਸਤਾਨ ਦੇ ਨਾਂ ਦੇ ਉੱਤੇ ਉਹ ਫਾਟਕ ਤੋਂ ਕੀਤੀ, ਫਾਟਕ ਤੋਂ ਜਾ ਕੇ ਰੋਕ ਕੇ ਫਿਰ ਦੁਬਾਰਾ ਹੱਥੀ ਪੈ ਗਏ ਨੇ ਤੇ ਪੂਰੇ ਮਾਰਨ ਦੇ ਇਰਾਦੇ ਨਾਲ ਅਸੀਂ ਮਾਰ ਦੇਣਾ ਛੱਡਣਾ ਨਹੀਂ ਹੈਗਾ, ਤੁਹਾਨੂੰ 84 ਦਿਖਾਉਣੀ ਹੈ। ਇੰਨੇ ਕੁਝ ਕਰਨ ਤੋਂ ਬਾਅਦ ਹਾਲੀ 307 ਪ੍ਰਸ਼ਾਸਨ ਨੇ ਉਸ ਧਾਰਾ ਦੇ ਵਿੱਚ ਨਹੀਂ ਲਾਈ ਹੈਗੀ ਬਿਆਨਾਂ ਦੇ ਵਿੱਚ ਤਾਂ ਜੋ ਧਾਰਾ ਬਣਦੀ ਸੀ ਤੇ ਹੋਰ ਜਿਹੜੀ ਧਾਰਾ ਉਹ ਬਣਦੀਆਂ ਹਨ। ਨਾਲ ਹੀ ਦੱਸਣਾ ਚਾਹੁੰਦਾ ਵਾ ਕਿ ਪੂਰੇ ਸ਼ਹਿਰ ਦੀ ਘਟਨਾ ਵਾਪਰੀ ਜਿਹੜੀ ਵਾਪਰੀ ਹੈ ਜਿਹੜੀ ਹੋਈ ਹੈ ਇਹ ਜੀ, ਹਰੇਕ ਸ਼ਹਿਰ ਦੇ ਵਿੱਚ ਹਰੇਕ ਚੌਂਕ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ, ਦੁਕਾਨਾਂ 'ਚ ਵੀ ਸੀਸੀਟੀਵੀ ਕੈਮਰੇ ਆ, ਹੋਰ ਵੀ ਜਿਹੜੇ ਪੈਟਰੋਲ ਪੰਪ ਹੈ, ਪਰ ਹਾਲੀ ਤੱਕ ਉਹ ਬੰਦੇ ਫੜੇ ਨਹੀਂ ਗਏ ਤੇ ਪ੍ਰਸ਼ਾਸਨ ਨੇ ਉਹ ਠੰਡੇ ਬਸਤੇ ਪਾ ਦਿੱਤੇ ਆ। ਪ੍ਰਸ਼ਾਸਨ ਨੂੰ ਜੋ ਕਾਰਵਾਈ ਬਣਨੀ ਕਰਨੀ ਚਾਹੀਦੀ ਉਹ ਹਾਲੀ ਤੱਕ ਕੀਤੀ ਨਹੀਂ ਹੈਗੀ। ਖੁਦਾ ਨਾ ਖਾਸਾ ਜੇ ਕਿਸੇ ਬੀਜੇਪੀ ਦੇ ਵਰਕਰ ਉੱਤੇ ਹਮਲਾ ਹੁੰਦਾ, ਇੱਕ ਘੰਟੇ ਦੇ ਵਿੱਚ ਉਹ ਬੰਦੇ ਫੜਦੇ ਨੇ ਸੀ ਇਹਨਾਂ ਨੇ ਜੀ। ਅੱਜ ਕਿਤੋਂ 10 ਤਰੀਕ ਤੋਂ ਅੱਜ 12 ਤਰੀਕ ਹੋ ਗਈ, 12 ਜੂਨ ਹੋ ਗਈ ਹੈ, ਹਾਲੀ ਤੱਕ ਉਹ ਬੰਦੇ ਫੜੇ ਨਹੀਂ ਗਏ ਤੇ ਇਹਦੇ ਤੋਂ ਸਾਨੂੰ ਪਤਾ ਲੱਗਦਾ ਵੀ ਜਿਹਨੇ ਸ਼ਰਾਰਤ ਕੀਤੀ ਹੈ ਉਹ ਕੋਈ ਆਮ ਬੰਦੇ ਨਹੀਂ ਹੈਗੇ, ਕਿਤੇ ਨਾ ਕਿਤੇ ਉਹ ਜਿਹੜੀ ਉਹਨਾਂ ਦੀ ਅੰਦਰ ਜ਼ਹਿਰ ਘੋਲਿਆ ਹੋਇਆ ਲੋਕਾਂ ਦੇ ਵਿੱਚ, ਉਹ ਜ਼ਹਿਰ ਦੇ ਲੈ ਕੇ ਇਹਨਾਂ ਨੇ ਸ਼ਰਾਰਤ ਕੀਤੀ ਹੈ। ਹੋਰ ਤਾਂ ਹਿੰਦੂ ਭਾਈਚਾਰਾ ਹੋਰ ਵੀ ਰਹਿ ਰਿਹਾ, ਹੋਰ ਭਾਈਚਾਰਾ ਰਹਿ ਰਿਹਾ, ਪਰ ਇਹ ਸ਼ਰਾਰਤੀ ਅੰਸਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਵੀਰ ਸਿੰਘ ਤੇ ਹਮਲਾ ਹੋਇਆ, ਇਹ ਪਹਿਲਾਂ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਸੀ ਜਾਂ ਕਿਸ ਕਾਰਨ ਕਰਕੇ ਇਹਨਾਂ ਦਾ ਹਮਲਾ ਹੋਇਆ ਜਾਂ ਸਿਰਫ ਸਿੱਖਾਂ ਕਰਕੇ ਹਮਲਾ ਹੋਇਆ ਇਹਨਾਂ ਤੇ? ਭਾਈ ਸਾਹਿਬ ਇਹ ਇੱਦਾਂ ਦਾ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਹੋਏ, ਕਿਰਤ ਕਰਕੇ ਵਿਚਾਰੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਸਨ ਤੇ ਸਾਨੂੰ ਇਹ ਜਿਹੜਾ ਵਿਚਾਰੇ ਆਪਣਾ 10 ਸਾਲ ਤੋਂ ਕੈਪਟਨ ਰਹਿ ਰਹੇ ਨੇ, ਆਪਣੀ ਦੁਕਾਨ ਦਾ ਕੰਮ ਕਰਦੇ ਨੇ, ਫਰਨੀਚਰ ਦਾ ਕੰਮ ਹੈ ਇਹਨਾਂ ਦਾ। ਦੇਖੋ ਫਰਨੀਚਰ ਦਾ ਕੰਮ ਹੈ ਤਾਂ ਦੁਕਾਨਦਾਰ ਨੂੰ ਜੇ ਆਮ 9:30 ਟਾਈਮ ਆਮ ਰੋਜ਼ ਵਾਜੀ ਹੋ ਹੀ ਜਾਂਦਾ ਹੈ ਤਾਂ ਉਹ 9:30 ਆਪਣੇ ਘਰ ਨੂੰ ਜਾ ਰਹੇ ਸਨ। ਕਿਸੇ ਜਥੇਬੰਦੀ ਨਾਲ ਕੋਈ ਨਹੀਂ, ਉਹ ਆਮ ਆਪਣਾ ਕਿਰਤ ਕਰਨ ਵਾਲੇ ਆਪਣਾ ਮਨੁੱਖ ਸਨ ਤੇ ਉਹ ਇੱਕ ਸਿਰਫ ਇੱਕ ਸਿੱਖ ਹੋਣ ਦੇ ਨਾਤੇ ਇੱਕ ਪੱਗ ਨੂੰ ਵੇਖ ਕੇ ਉਹਨਾਂ ਉੱਤੇ ਟਿੱਪਣੀ ਕਰ ਜਿਹਨਾਂ ਨੇ ਹਮਲਾ ਕਰਤਾ ਹੈ। ਕਾਰਨ ਸਾਹਮਣੇ ਆ ਰਹੇ ਨੇ ਕਿ ਹਮਲਾ ਜਿਹੜਾ ਹੋਇਆ ਇਹ ਕੰਗਣਾ ਦੇ ਇਸ਼ੂ ਕਰਕੇ ਹੋਇਆ, ਤੇ ਇਹ ਵੀ ਗੱਲ ਕੀ ਸੱਚਾਈ ਹੈ ਇਹਦੇ ਵਿੱਚ ਕਿ ਕੰਗਣਾ ਦੇ ਇਸ਼ੂ ਕਰਕੇ ਇਹ ਹਮਲਾ ਹੋਇਆ ਉਹਨਾਂ ਦੇ ਉੱਤੇ? ਇਹ ਨਹੀਂ, ਦੇਖੋ ਹੁਣ ਜਿਹੜੀ ਅੱਗ ਭੜਕੀ ਹੋਈ ਹੈ ਇੱਥੇ ਵੀ ਉਹ ਜਿਨ ਕੰਗਣਾ ਰਣੌਤ ਜਿੰਨੇ ਅਫਸਰ ਨੇ ਥੱਪੜ ਮਾਰਿਆ ਉੱਤੇ ਕਾਰਵਾਈ ਹੋ ਗਈ ਹੈ ਜੀ, ਠੀਕ ਹੈ। ਉਹਨੇ ਕੰਗਣਾ ਨੂੰ ਮਾਰਿਆ ਨਾ ਸੀ, ਕਿਸੇ ਹੋਰ ਕਿਸੇ ਨੂੰ ਮਾਰਿਆ ਨਾ, ਦੇਖੋ ਉਹਦੇ ਆਪਣਾ ਮਨ ਦੇ ਵਿੱਚ ਵਾਲਾ ਸੀ ਜਾਂ ਉਹ ਉਹਨੇ ਗੱਲ ਦੱਸੀ ਵੀ ਮੈਂ ਮਾਰਿਆ ਗਾ ਤਾਂ ਸਾਰਾ ਕੁਛ ਹੋ ਗਿਆ। ਉਹ ਇਸ਼ੂ ਦੇ ਵਿੱਚ ਇੱਥੇ ਇੱਕ ਸਾਧਵੀ ਠਾਕੁਰ ਹੈਗੀ ਹੈ ਸਾਡੇ ਇਹਦੇ ਕਰਨਾਲ ਤੋਂ ਜੀ, ਨਾਲ ਪਿੰਡ ਬਰਾਸ ਪੈਂਦਾ। ਹੁਣ ਉਹਦੇ ਬਿਆਨ ਦੇਖੋ ਭੜਕਾ ਰਹੀ ਹੈ ਆਪਣੇ ਸਮਾਜ ਨੂੰ ਵੀ ਸਾਡੀ ਬੇਇੱਜ਼ਤੀ ਹੋ ਗਈ ਜੀ, ਰਾਜਪੂਤਾਂ ਨੂੰ ਬੜਾ ਭੜਕਾ ਰਹੀ ਹੈ ਤੇ ਜਿਹੜਾ ਇੱਥੋਂ ਦੇ ਬਿਆਨਬਾਜ਼ੀਆਂ ਜਿਹੜੇ ਦੇ ਰਹੇ ਆ, ਮੈਂ ਤਾਂ ਕਹਿੰਦਾ ਜਿੱਥੇ ਜਿਹੜੀ ਸੁਖਵਿੰਦਰ ਸਿੰਘ ਘਟਨਾ ਵਾਪਰੀ ਹੈ ਨਾ, ਮੈਂ ਕਹਿੰਦਾ ਇਹਨਾਂ ਲੋਕਾਂ ਦੀ ਕਾਰਵਾਈ ਨਾਲ ਹੋਣੀ ਚਾਹੀਦੀ ਜਿਹੜੇ ਸਮਾਜ ਨੂੰ ਭੜਕਾ ਰਹੇ ਨੇ ਵੀ ਬਦਲਾ ਲਓ ਜੀ, ਇੰਜ ਕਰੋ ਜੀ, ਤੁਸੀਂ ਕੀ ਕਰ ਰਹੇ ਹੋ, ਇੰਜ ਕਰ ਰਹੇ ਹੋ ਨਾ, ਕਈਆਂ ਪੋਸਟਾਂ ਵੀ ਪਈਆਂ ਇਸ ਚੀਜ਼ਾਂ ਦੀਆਂ ਤੇ ਇਹਦੇ ਕਰਕੇ ਇਹ ਕਿਤੇ ਨਾ ਕਿਤੇ ਇਹ ਬੜਾਵਾ ਜਿਹੜਾ ਸਮਾਜ ਦੇ ਵਿੱਚ ਜ਼ਹਿਰ ਘੁਲਣਾ ਜਿਹੜੇ ਲੋਕ ਦੇ ਰਹੇ ਆ ਬੀਜੇਪੀ ਸਰਕਾਰ ਆਉਣ ਤੋਂ ਬਾਅਦ ਵੀ ਜਾਂ ਪਹਿਲਾਂ ਵੀ, ਉਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਦੇਖੋ ਸੁਖਵਿੰਦਰ ਸਿੰਘ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ, ਕਿਸੇ ਧਰਮ ਨਾਲ ਵੈਰ ਨਹੀਂ ਸੀ, ਉਹ ਇੱਕ ਕਿਰਤ ਕਰਨ ਵਾਲੇ ਇਨਸਾਨ ਸਨ, ਆਪਣੇ ਘਰੇ ਜਾ ਰਹੇ ਸਨ। ਅੱਜ ਜੇ ਸੁਖਵਿੰਦਰ ਸਿੰਘ ਨਾਲ ਹੋਇਆ, ਕੱਲ੍ਹ ਕਿਸੇ ਹੋਰ ਨਾਲ ਹੋ ਜਾਏਗਾ, ਜਿਹੜੀ ਚੁੱਪ ਬੈਠੇ ਤੇ ਅੱਜ ਸਿੱਖ ਕੌਮ ਅੱਗੇ ਮੈਂ ਹੀ ਅਪੀਲ ਕਰ ਰਿਹਾ ਸੀ, ਇਹ ਵੀ ਗੱਲ ਰੱਖੀ ਹੈ ਕੌਮ ਦੇ ਅੱਗੇ। 13 ਤਰੀਕ ਦਾ ਸੱਦਾ ਦਿੱਤਾ ਗੁਰਦੁਆਰਾ ਨਿੰਮ ਸਾਹਿਬ ਕੈਥਲ ਸ਼ਹਿਰ ਦੇ ਵਿੱਚ ਉਹ ਸਮੁੱਚੇ ਪਰਿਵਾਰ ਵੱਲੋਂ ਤੇ ਜਿਹੜੇ ਉੱਥੇ ਹੋਰ ਜਿਹੜੇ ਕੌਮੀ ਦਰਦ ਲੈ ਕੇ ਉਸ ਦਿਨ ਬੈਠੇ ਸੀ, ਕੱਲ 11 ਵਜੇ ਨੂੰ ਉਹ ਪੂਰੇ ਪੰਥ ਨੂੰ, ਪੂਰੇ ਜਿਹੜੇ ਹਿਊਮਨ ਰਾਈਟ ਦੀ ਗੱਲ ਕਰਦੇ ਆ, ਉਸ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ, ਸਾਰਿਆਂ ਨੂੰ ਸੱਦਾ ਦਿੱਤਾ ਖੁੱਲ੍ਹਾ ਕਿ ਭਾਈ ਸਾਹਿਬ ਤੁਸੀਂ ਪਹੁੰਚੋ। ਪਰ ਵੇਖਣ ਨੂੰ ਕੀ ਮਿਲਿਆ ਇੱਥੇ, ਕੱਲ੍ਹ ਸ਼ਾਮੀ ਹੀ ਜਦੋਂ ਅਸੀਂ ਅਪੀਲ ਕੀਤੀ ਸੰਗਤ ਨੂੰ ਇਕੱਠੇ ਹੋਣ ਦੀ, ਤੇ ਕੱਲ੍ਹ ਸ਼ਾਮ ਨੂੰ ਹੀ ਜੋ ਹਰਿਆਣਾ ਪ੍ਰਬੰਧਕ ਕਮੇਟੀ ਹੈ ਜਿਹੜੀ ਹੈ ਗੁਰੂ ਘਰ ਦੀ ਚਲਾ ਰਹੀ ਹੈ, ਭੁਪਿੰਦਰ ਸਿੰਘ ਰੋਖਾ ਹੋ ਗਿਆ, ਗਾਤੂਵਾਲ ਹੋ ਗਿਆ, ਬਲਜੀਤ ਸਿੰਘ, ਇਹ ਪ੍ਰੋਗਰਾਮ ਉਲੀਕ ਦਿੰਦੇ ਅੱਜ 12 ਤਰੀਕ ਦਾ। ਦੇਖੋ ਉਹ ਇੱਕ ਕੌਮ ਦੇ ਪ੍ਰੋਗਰਾਮ ਦੇ ਵਿੱਚ ਜਾਂ ਪਰਿਵਾਰ ਦੇ ਪ੍ਰੋਗਰਾਮ ਦੇ ਵਿੱਚ, ਉਲੀਕੇ ਪ੍ਰੋਗਰਾਮ ਦੇ ਵਿੱਚ ਉਹਨੂੰ ਛੱਡ ਕੇ ਆਪਣਾ ਵੱਖਰਾ ਪ੍ਰੋਗਰਾਮ ਉਲੀਕ ਦਿੰਦੇ ਹੈ ਉਸ ਪ੍ਰੋਗਰਾਮ ਨੂੰ ਹਾਈਜੈਕ ਕਰਨ ਵਾਸਤੇ। ਗੱਲ ਤਾਂ ਇੱਥੇ ਸੀ ਆਪਾਂ ਸਰਕਾਰ ਤੇ ਰਲ ਕੇ ਪ੍ਰੈਸ਼ਰ ਪਾਉਣਾ ਸੀ, ਉਲਟਾ ਉਹਨਾਂ ਨੇ ਕੀ ਕੀਤਾ, ਜਿਹੜਾ ਇੱਕ ਸਾਂਝਾ ਜਿਹੜਾ ਸੀ ਇੱਕ ਮੰਚ ਤਿਆਰ ਕਰਕੇ, ਅਸੀਂ ਸਾਂਝਾ ਇੱਕ ਪਲੇਟਫਾਰਮ ਤਿਆਰ ਕਰਕੇ ਪ੍ਰਸ਼ਾਸਨ ਨੇ ਦਬਾਅ ਪਾਉਣਾ ਸੀ, ਸਰਕਾਰ ਤੇ ਪ੍ਰੈਸ਼ਰ ਪਾਉਣਾ ਸੀ, ਉਸ ਨੂੰ ਖਤਮ ਕਰਨ ਦੀ ਜਾਂ ਉਹ ਆਪਣੀ ਜਿਹੜੀ ਉਹਨਾਂ ਦੀ ਉਹ ਉਹਨਾਂ ਦੀ ਸੋਚ ਹੈ ਜਿਹੜੀ ਹਰਿਆਣਾ ਕਮੇਟੀ ਦੀ। ਆ ਦੇਖੋ ਹਰਿਆਣਾ ਕਮੇਟੀ ਦਾ ਜਿਹੜਾ ਉੱਠਣ ਬਹਿਣ ਤਾਂ ਅੱਜ ਸੀਐਮ ਨਾਲ ਵੀ ਹੈਗਾ, ਹਰਿਆਣੇ ਦੀ ਸਰਕਾਰ ਨਾਲ ਉਹਨਾਂ ਦਾ ਖਾਣਾ ਪੀਣਾ ਇਕੱਠਾ, ਉਹਨਾਂ ਦੀ ਇਲੈਕਸ਼ਨ ਕੰਪੇਨ ਇਹਨਾਂ ਕੀਤੀ। ਪਰ ਇੱਥੇ ਹੁਣ DC SP ਕੋਲ ਆ ਕੇ ਮੈਰੰਡਮ ਦਿੰਦੇ ਪਏ, ਕਿੰਨੀ ਸ਼ਰਮ ਵਾਲੀ ਗੱਲ ਹੈ ਹਰਿਆਣਾ ਕਮੇਟੀ ਵਾਸਤੇ ਵੀ, ਵੀ ਪ੍ਰਧਾਨ ਭੁਪਿੰਦਰ ਸਿੰਘ ਰੋਕਾ ਜਿੱਥੇ ਉਹਨਾਂ ਨੂੰ ਤੁਸੀਂ ਸਰਕਾਰ ਨਾਲ ਗੱਲ ਕਰੋ, ਇੱਥੇ ਆ ਕੇ ਜਿਹੜੀ ਕੌਮ ਦਾ ਜਿਹੜਾ ਇੱਕ ਪ੍ਰੋਗਰਾਮ ਲਿਖਿਆ ਹੋਇਆ ਉਹਦੇ ਵਿੱਚ ਦੇਖੋ ਆ ਕੇ ਹਾਈਜੈਕ ਕਰ ਰਹੇ ਨੇ ਕੈਪਟਲ ਦੇ ਵਿੱਚ ਆ ਕੇ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਇੱਕ ਸਿੱਖ ਦੇ ਉੱਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ,
ਚਾਹਾਂਗਾ ਹਰਿਆਣੇ ਦੇ ਸਾਥ ਮਾਹੌਲ ਕਿੱਦਾਂ ਦਾ ਮਾਹੌਲ ਹੈ, ਕਿਵੇਂ ਦਾ ਉੱਥੇ ਭਾਈਚਾਰਾ ਹੈ, ਕਿਵੇਂ ਹੈ, ਕਿ ਕੁਛ ਇਹੋ ਜਿਹਾ ਮਾਹੌਲ ਹੁਣ ਲੱਗਦਾ ਕਿ ਕੋਈ ਹੋਰ ਘਟਨਾ ਵੀ ਅੱਗੇ ਵੱਧ ਸਕਦੀ ਹੈ, ਕੁਛ ਇਹੋ ਜਿਹਾ ਮਾਹੌਲ ਜੋ ਸਿੱਖਾਂ ਦੇ ਖਿਲਾਫ ਹੋਵੇ ਉੱਥੇ, ਕੁਛ ਹੈ ਇੱਦਾਂ ਦਾ? ਦੇਖੋ ਜੀ, ਸਭ ਤੋਂ ਵੱਡੀ ਗੱਲ ਹੈ ਕਿ ਜਾਟ ਅੰਦੋਲਨ ਤੋਂ ਬਾਅਦ ਅਤੇ ਕਿਸਾਨੀ ਅੰਦੋਲਨ ਤੋਂ ਬਾਅਦ ਸਾਨੂੰ ਜਿਹੜਾ ਜਾਟ ਭਰਾਵਾਂ ਦਾ ਸਹਿਯੋਗ ਮਿਲ ਰਿਹਾ, ਜਾਟ ਭਾਈਚਾਰੇ ਨੂੰ ਜਿਹੜੀ ਉਹਦੇ ਵਿੱਚ ਵਿਚਾਰਧਾਰਾ ਪੈਦਾ ਹੋ ਗਈ ਹੈ ਮਨੁੱਖੀ ਅਧਿਕਾਰਾਂ ਦੀ, ਇੱਕ ਸਰਬੱਤ ਦੇ ਭਲੇ ਦੀ, ਤਾਂ ਹੁਣ ਸੁਖਵਿੰਦਰ ਸਿੰਘ ਨੂੰ ਬਚਾਉਣ ਵਾਲਾ ਇੱਕ ਜਾਟ ਭਰਾ ਸੀ, ਇਸ ਕਰਕੇ ਜਿਹੜਾ ਜਾਟ ਭਾਈਚਾਰਾ ਜਾਂ ਹੋਰ ਹੋਰ ਭਾਈਚਾਰਾ ਹੈ ਉਹ ਇਸ ਚੀਜ਼ ਤੋਂ ਦੂਰ ਹੈ, ਜਿਹੜੀ ਇਹ ਸ਼ਰਾਰਤ ਅੰਸਰ ਤੇ ਹੁੰਦੇ ਆ ਕੋਈ ਵਿਰਲੇ ਵਿਰਲੇ ਹੈ, ਕੋਈ ਏਦਾਂ ਨਹੀਂ ਹੈਗਾ ਕੋਈ ਮਾਹੌਲ ਕੋਈ ਉਦਾਂ ਦਾ ਹੈ। ਬਾਕੀ ਇਹ ਹੈ ਕਿ ਜੇ ਅਸੀਂ ਆਪਣੇ ਜਿਹਨਾਂ ਉੱਤੇ ਘਟਨਾ ਹੋਈ ਹੈ, ਜਿਹਨਾਂ ਉੱਤੇ ਆ ਉੱਤੇ ਹਮਲਾ ਹੋਇਆ, ਜੇ ਐਵੇਂ ਦੇ ਪਰਿਵਾਰਾਂ ਦੇ ਨਾਲ ਨਾ ਖਲੋਤੇ ਫਿਰ ਉਹ ਲੋਕ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਦਾ ਜਿਹੜਾ ਉਹ ਫਿਰ ਉਹਨਾਂ ਦਾ ਫਿਰ ਉਹ ਦਿਮਾਗ ਦੇ ਵਿੱਚ ਜਿਹੜਾ ਜ਼ਹਿਰ ਭਰਿਆ ਉਹ ਫਿਰ ਉਬਾਲੇ ਮਾਰੇਗਾ। ਇਸ ਕਰਕੇ ਸਾਨੂੰ ਇਕੱਠੇ ਹੋ ਗਏ, ਮੈਂ ਤਾਂ ਅਪੀਲ ਕੀਤੀ ਹੈ, ਹੁਣ ਤੁਸੀਂ ਦੇਖੋ ਕੱਲ 13 ਜੂਨ ਨੂੰ ਜਾਟ ਭਾਈਚਾਰਾ ਵੀ ਆ ਰਿਹਾ, ਸਿੱਖ ਭਾਈਚਾਰਾ ਵੀ ਆ ਰਿਹਾ, ਸਾਰੇ ਇਕੱਠੇ ਹੋ ਰਹੇ ਆ ਜੀ, ਤੇ ਕਿ ਐਵੇਂ ਦਾ ਮਾਹੌਲ ਪੈਦਾ ਨਾ ਦੁਬਾਰਾ ਹੋਵੇ, ਜਿਹਦੇ ਕਰਕੇ ਇੱਦਾਂ ਦਾ ਮਾਹੌਲ ਨੂੰ ਹਾਂ ਵੀ ਹੈਗਾ ਵਧੀਕੀ ਮਿਲੇ ਐਵੇਂ ਦੇ ਬੰਦਿਆਂ ਨੂੰ ਜੀ 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 ਕਾਰਵਾਈ ਹੋ ਜੀ। ਅਜਿਹੇ ਤੁਹਾਡਾ ਧੰਨਵਾਦ ਕਰਦੇ ਹਾਂ ਜੁੜੇ ਅਸੀਂ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਅੱਗੇ ਰੱਖੀ, ਉਮੀਦ ਕਰਦੇ ਹਾਂ ਕੋਈ ਵੀ ਅਜਿਹੀ ਘਟਨਾ ਹੋਰ ਨਾ ਵਾਪਰੇ, ਬਾਕੀ ਤੁਸੀਂ ਜੋ ਕਹਿ ਲਓ ਕਿ ਆਪਣਾ ਉੱਥੇ ਰੋਲ ਨਿਭਾ ਰਹੇ ਹੋ ਉਹ ਵੀ ਕਹਿ ਲਓ ਕਿ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਅਜਿਹਾ ਕੋਈ ਵੀ ਘਟਨਾ ਅੱਗੇ ਹੋਰ ਨੂੰ ਵਾਧਾ ਨਾ ਮਿਲੇ। ਇਸ ਤਰ੍ਹਾਂ ਮੈਂ ਆਪਦੇ ਚੈਨਲ ਇਹੀ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਵਾਲੀ ਹੈ, ਅਸੀਂ ਇਹ ਨਹੀਂ ਹੈਗਾ ਵੀ ਅੱਜ ਸਿੱਖ ਨਾਲ ਘਟਨਾ ਵਾਪਰੀ ਜਾਂ ਸਿੱਖ ਨਾਲ, ਅਸੀਂ ਹਰੇਕ ਭਾਈਚਾਰੇ ਦੇ ਨਾਲ ਖੜੇ ਹੁੰਦੇ ਹਾਂ, ਜਿੱਥੇ ਹਿੰਦੂ ਨੂੰ ਵੀ ਦੇਖਿਆ ਧੱਕਾ ਹੋ ਰਿਹਾ ਸੀ ਹਿੰਦੂ ਭਾਈਚਾਰੇ ਨਾਲ ਹੀ ਖੜੇ ਹੁੰਦੇ ਹਾਂ, ਮੁਸਲਮਾਨ ਨਾਲ ਹੋ ਰਿਹਾ ਮੁਸਲਮਾਨ ਨਾਲ ਵੀ ਖੜੇ ਹੁੰਦੇ ਹਾਂ, ਪਿੱਛੇ ਜੀ ਭਰਤਪੁਰ ਜੋ ਡਿਸਟ੍ਰਿਕਟ ਹੈ ਰਾਜਸਥਾਨ ਦੀ ਉੱਥੋਂ 2 ਨੌਜਵਾਨਾਂ ਨੂੰ ਜਾਸਿਰ ਤੇ ਜੁਨੇਦ ਨੂੰ ਲਿਆ ਕੇ ਹਰਿਆਣੇ ਦੇ ਭਵਾਨੀ ਡਿਸਟ੍ਰਿਕਟ ਦੇ ਵਿੱਚ ਗੱਡੀ ਦੇ ਵਿੱਚ ਬਲੈਰੋ 'ਚ ਬੰਨ ਕੇ ਸਾੜ ਕੇ ਮਾਰ ਦਿੰਦੇ ਆ ਬਜਰੰਗ ਦਲ ਵਾਲੇ, ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਵੀ ਖੜੇ ਹੋਏ ਮੁਸਲਮਾਨਾਂ ਦੇ ਨਾਲ ਵੀ ਜਾ ਕੇ, ਅਸੀਂ ਸਾਰੇ ਨਾਲ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਪਰ ਅੱਜ ਇਹੀ ਹੈ ਕਿ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਲੋਕ ਹਾਂ, ਪਰ ਸਾਡੇ ਪਛਾਣ ਉੱਤੇ ਹਮਲਾ ਕਰਦੇ ਆ, ਸਾਡੇ ਇੱਕ ਆਮ ਗੁਰਸਿੱਖ ਜਿਹੜਾ ਸਿੱਖ ਪਰਿਵਾਰ ਦੇ ਵਿੱਚ ਕਿਰਤ ਕਰਕੇ ਆਪਣੇ ਘਰ ਜਾ ਰਿਹਾ, ਉਹਨਾਂ ਉੱਤੇ ਇਹ ਖਾਲਿਸਤਾਨੀ ਕਹਿ ਕੇ ਕਦੀ ਕੁਝ ਕਹਿ ਕੇ ਉਹਨਾਂ ਉੱਤੇ ਹਮਲਾ ਕਰਦੇ, ਉਹਨਾਂ ਨੂੰ ਮਾਰਕੁੱਟ ਕਰਨੀ ਜਾਂ ਗੱਡੀਆਂ ਦੇ ਪਿੱਛੇ ਜਿਵੇਂ ਕੋਈ ਗੱਡੀਆਂ ਦੇ ਉੱਤੇ ਕਿਸੇ ਦੇ ਸੰਤਾਂ ਦਾ ਸਟੀਕਰ ਲੱਗੇ ਹੋਏ ਆ, ਗੱਡੀਆਂ ਨੂੰ ਸ਼ੀਸ਼ੇ ਭੰਨ ਦੇ ਗੱਡੀ ਤੋੜ ਦੇਣੀ, ਇਹਨਾਂ ਦੀ ਘਟਨਾ ਨੂੰ ਕਾਫੀ ਇਲਜ਼ਾਮ ਦਿੱਤਾ ਹੈ ਇਹ ਸ਼ਰਾਰਤੀ ਅਨਸਰਾਂ ਨੇ, ਤੇ ਇਹਦੇ ਉੱਤੇ ਜੇ ਸਿੱਖ ਕੌਮ ਏਕਾ ਕਰ ਜੇ ਤਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਸੰਘਰਸ਼ ਨੂੰ ਇਹ ਕਾਨੂੰਨੀ ਕਾਰਵਾਈ ਦੇ ਰਾਜ ਲੜੇ, ਤਾਂ ਮੈਂ ਕਹਿੰਦਾ ਵਾ ਵੀ ਅਸੀਂ ਥੱਲ ਪਾ ਸਕਦੇ ਹਾਂ, ਤੇ ਮੈਂ ਸਿੱਖ ਕੌਮ ਅੱਗੇ ਅਪੀਲ ਕਰਦਾ ਵੀ ਹੁਣ ਜੇ ਕੋਈ ਧੜੇਬੰਦੀਆਂ ਜਿਹੜੀਆਂ ਪਾਲਟੀਬਾਜ਼ੀਆਂ ਉਹ ਤੁਹਾਡੀਆਂ ਜਿਹੜੀਆਂ ਕਿਸੇ ਦੀਆਂ ਵੀ ਹੈਗੀਆਂ ਨੇ ਉਹਨਾਂ ਨੂੰ ਪਾਸੇ ਰੱਖ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਤੇ ਆਪਾਂ ਕੌਮ ਦੇ ਭਵਿੱਖ ਲਈ ਸਰਬੱਤ ਦੇ ਭਲੇ ਲਈ ਕੁਝ ਕਰੀਏ। ਮੈਂ ਧੰਨਵਾਦ ਕਰਦਾ ਆਪ ਜੀ ਦਾ ਜੋ ਆਪ ਜੀ ਭਾਈ ਸੁਖਵਿੰਦਰ ਸਿੰਘ ਦੇ ਲਈ ਜੋ ਜੋ ਘਟਨਾ ਵਾਪਰੀ ਉਸ ਦੁੱਖ ਨੂੰ ਸਾਂਝਾ ਕਰਨ ਲਈ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਜੀ ਜੀ ਧੰਨਵਾਦ ਹਰਜੀਤ ਸਿੰਘ ਵੀਰ ਜੀ ਤੁਹਾਡਾ, ਜਿੱਦਾਂ ਕਿ ਹੋਰ ਵੱਡੀ ਅਪਡੇਟ ਆਏਗੀ ਤੁਹਾਡਾ ਦੁਬਾਰਾ ਕਰਾਂਗੇ, ਧੰਨਵਾਦ ਤੁਹਾਡਾ।